ਫੇਮਸ ਸਿੰਗਰ ਸਾਬਾ ਦੇ ਫੈਨਸ ਦੇ ਲਈ ਖਾਸ ਅਪਡੇਟ ਆ ਚੁੱਕੀ ਹੈ ਸਾਹਮਣੇ ਸਾਬਾ ਦਾ ਨਵਾਂ ਗੀਤ ਜੀ ਲਾਲਿਆ ਹੋ ਚੁੱਕਾ ਹੈ ਰਿਲੀਜ਼ ਇਸ ਗੀਤ ਦੇ ਵਿੱਚ ਫੀਚਰਿੰਗ ਕੀਤੀ ਹੈ ਗੀਤ ਗੁਰਾਇਆ ਨੇ ਜਿਹਾ ਫਲਾਈ ਗੀਤ ਸਟਾਰ ਸਾਬਾ ਨੇ ਨਵਾਂ ਗੀਤ ਹਾਲ ਹੀ ਦੇ ਵਿੱਚ ਰਿਲੀਜ਼ ਕੀਤਾ ਹੈ ਇਸ ਗੀਤ ਦਾ ਟਾਈਟਲ ਵੀ ਕਾਫੀ ਇੰਟਰਸਟਿੰਗ ਹੈ ਤੇ ਸਾਬਾ ਦੇ ਫੈਨਸ ਇਸ ਗੀਤ ਨੂੰ ਕਾਫੀ ਜ਼ਿਆਦਾ ਪਸੰਦ ਵੀ ਕਰ ਰਹੇ ਨੇ ਇਸ ਗੀਤ ਦਾ ਨਾਮ ਹੈ ਜੀ ਲਾਲਿਆ ਇਸ ਗੀਤ ਦੇ ਟਾਈਟਲ ਨੂੰ ਹਾਲ ਹੀ ਦੇ ਵਿੱਚ ਸਾਬਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਜ਼ਰੀਏ ਸਾਂਝਾ ਕੀਤਾ ਗਿਆ ਸੀ ਤੇ ਇਸ ਗੀਤ ਦੇ ਟਾਈਟਲ ਤੋਂ ਲੱਗ ਕੇ ਇਸ ਗੀਤ ਨੂੰ ਦਰਸ਼ਕਾਂ ਦੇ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਵਨਨ ਓਨਲੀ ਸਾਬਾ ਨੇ ਤੇ ਇਸ ਗੀਤ ਦੇ ਫੀਮੇਲ ਵੋਕਲ ਨੇ ਜੈਸਮਨ ਅਖਤਰ ਦੇ ਸਾਬਾ ਤੇ ਜੈਸਮਨ ਅਖਤਰ ਦਾ ਇਹ ਦੁਇਟ ਗੀਤ ਹੈ ਇੱਕ ਵਾਰ ਫਿਰ ਤੋਂ ਸਾਬਾ ਤੇ ਜੈਸਮਨ ਅਖਤਰ ਨੇ ਇਕੱਠਿਆਂ ਗੀਤ ਗਾਇਆ ਹੈ ਤੇ ਫਲਾਈ ਤੋਂ ਬਾਅਦ ਇੱਕ ਵਾਰ ਫਿਰ ਤੋਂ ਇੱਕ ਨਵਾਂ ਸੁਪਰ ਹਿੱਟ ਗੀਤ ਦੇਣ ਲਈ ਤਿਆਰ ਨੇ ਇਹ ਦੋਨੋਂ ਜੀ ਹਾਂ ਇੱਕ ਵਾਰ ਫਿਰ ਤੋਂ ਗੀਤ ਗੁਰਾਇਆ ਤੇ ਸਾਬਾ ਮਾਨ ਨੇ ਆਪਣੇ ਨਵੇਂ ਗੀਤ ਨੂੰ ਰਿਲੀਜ਼ ਕੀਤਾ ਜਿਸ ਦਾ ਨਾਮ ਹੈ ਜੀ ਲਾਲਿਆ ਇਸ ਗੀਤ ਦੇ ਕ੍ਰੈਡਿਟਸ ਦੀ ਗੱਲ ਕਰੀਏ ਤੇ ਜੈਸਮਨ ਅਖਤਰ ਤੇ ਸਬਾ ਨੇ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਦੂਜੇ ਪਾਸੇ ਗੱਲ ਕਰੀਏ ਫੀਚਰਿੰਗ ਦੀ ਤੇ ਇਸ ਗੀਤ ਦੇ ਵਿੱਚ ਫੀਚਰ ਕਰ ਰਹੇ ਨੇ ਵਨ ਐਂਡ ਓਨਲੀ ਗੀਤ ਗੁਰਾਇਆ ਗੀਤ ਗੁਰਾਇਆ ਗੀਤਾਂ ਦੇ ਵਿੱਚ ਦਰਸ਼ਕਾਂ ਨੂੰ ਕਾਫੀ ਜ਼ਿਆਦਾ ਇੰਪ੍ਰੈਸ ਕਰ ਰਹੇ ਨੇ ਗੀਤ ਗੁਰਾਇਆ ਆਲਰੇਡੀ ਕਾਫੀ ਸਾਰੇ ਗੀਤਾਂ ਦੇ ਵਿੱਚ ਫੀਚਰ ਕਰ ਚੁੱਕੇ ਨੇ ਤੇ ਦਰਸ਼ਕ ਇਹਨਾਂ ਦੀ ਫੀਚਰਿੰਗ ਨੂੰ ਨਦੀ ਮੋਟਲਿੰਗ ਨੂੰ ਕਾਫੀ ਜ਼ਿਆਦਾ ਪਸੰਦ ਵੀ ਕਰਦੇ ਨੇ ਸੋ ਇੱਕ ਵਾਰ ਫਿਰ ਤੋਂ ਗੀਤ ਗੁਰਾਇਆ ਇਸ ਵੀਡੀਓ ਦੇ ਵਿੱਚ ਸਾਨੂੰ ਨਜ਼ਰ ਆ ਰਹੇ ਨੇ ਜਿਸ ਨੂੰ ਕੀ ਸਬਾ ਮਾਨ ਨੇ ਆਵਾਜ਼ ਦਿੱਤੀ ਹੈ ਸੋ ਸਬਾ ਮਾਨ ਤੇ ਗੀਤ ਗੁਰਾਇਆ ਤੇ ਫਿਲਮਾਈ ਗਈ ਇਸ ਵੀਡੀਓ ਨੂੰ ਡਾਇਰੈਕਟ ਕੀਤਾ ਗੈਵੀ ਖਹਿਰਾ ਦੇ ਵੱਲੋਂ ਤੇ ਇਸ ਗੀਤ ਦੇ ਡੀਓਪੀ ਵੀ ਗੈਵੀ ਖਹਿਰਾ ਹੀ ਨੇ ਇਸ ਦੇ ਨਾਲ ਹੀ ਜੇਕਰ ਅਸੀਂ ਗੱਲ ਕਰੀਏ ਇਸ ਗੀਤ ਦੇ ਮਿਊਜ਼ਿਕ ਦੀ ਤੇ ਮੈਂ ਵੀ ਨਹੀਂ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਪ੍ਰੈਜੈਂਟੇਸ਼ਨ ਹੈ ਮੀਰੂ ਦੀ ਤੇ ਪ੍ਰੋਡਿਊਸਰ ਨੇ ਇੰਦਰ ਸਾਹਨੀ ਦੱਸਦੀ ਕਿ ਇਸ ਗੀਤ ਨੂੰ ਪ੍ਰੈਜੈਂਟ ਕੀਤਾ ਗਿਆ ਮੈਲੋ ਮਿਊਜ਼ਿਕ ਐਂਡ ਮੀਰੂ ਦੇ ਵੱਲੋਂ ਮੈਰੋ ਮਿਊਜ਼ਿਕ ਐਂਡ ਮੀਰੂ ਦੇ ਬੈਨਰ ਹੇਠ ਰਿਲੀਜ਼ ਹੋ ਚੁੱਕਾ ਹੈ ਗੀਤ ਜੀ ਲਾਲਿਆ ਇਸ ਗੀਤ ਦੀ ਪਰਕਲਰ ਰਿਲੀਜ਼ ਡੇਟ ਹੈ 28 ਨਵੰਬਰ 2024 ਯਾਨੀ ਕਿ ਗੀਤ ਕਰੀਬ 2 ਦਿਨ ਪਹਿਲੇ ਰਿਲੀਜ਼ ਹੋਇਆ ਤੇ ਹੁਣ ਇਸ ਗੀਤ ਨੂੰ ਦਰਸ਼ਕਾਂ ਦਾ ਕਾਫੀ ਜ਼ਿਆਦਾ ਪ ਸਬਾ ਆਪਣੇ ਫੈਨਸ ਦੇ ਲਈ ਬੈਕ ਟੂ ਬੈਕ ਗੀਤ ਰਿਲੀਜ਼ ਕਰ ਰਹੇ ਨੇ ਇਸ ਤੋਂ ਪਹਿਲਾਂ ਸਬਾ ਦਾ ਹੋਰ ਵੀ ਗੀਤ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਕਿ ਦਰਸ਼ਕਾਂ ਨੇ ਬੇहद ਪਸੰਦ ਕੀਤਾ ਤੇ ਹੁਣ ਇੱਕ ਵਾਰ ਫਿਰ ਤੋਂ ਸਬਾ ਨੇ ਜੀ ਲਾਲਿਆ ਗੀਤ ਦੇ ਜ਼ਰੀਏ ਦਰਸ਼ਕਾਂ ਨੂੰ ਕਰ ਦਿੱਤਾ ਇਮਪ੍ਰੈਸ ਤੇ ਜੇਕਰ ਅਸੀਂ ਗੱਲ ਕਰੀਏ ਫਲਾਈ ਗੀਤ ਦੀ ਤੇ ਹੁਣ ਤੱਕ ਦੇ ਸਭ ਤੋਂ ਸੁਪਰ ਹਿੱਟ ਗੀਤਾਂ ਦੇ ਵਿੱਚ ਆਪਣੀ ਜਗ੍ਹਾ ਬਣਾ ਚੁੱਕਿਆ ਹੈ ਫਲਾਈ ਗੀਤ ਜਿਸ ਦੇ ਵਿੱਚ ਕਿ ਸਬਾ ਤੇ ਪ੍ਰਾਂਜਲ ਦਹੀਆ ਦੇ ਵੱਲੋਂ ਫੀਚਰਿੰਗ ਕੀਤੀ ਗਈ ਸੀ ਇਸ ਗੀਤ ਦੀ ਵੀਡੀਓ ਨੂੰ ਵੀ ਦਰਸ਼ਕਾਂ ਨੇ ਕਾਫੀ ਜ਼ਿਆਦਾ ਪਸੰਦ ਕੀਤਾ ਤੇ ਇਸ ਦੇ ਨਾਲ ਹੀ ਇਸ ਗੀਤ ਦੇ ਵਿੱਚ ਲਿਰਿਕਸ ਤੇ ਆਵਾਜ਼ ਤੇ ਕੰਪੋਜ਼ਿ ਜਿੰਦਾ ਕ੍ਰੈਡਿਟ ਸਬਾ ਮਾਨ ਨੂੰ ਗਿਆ ਜਿਸ ਨੇ ਕੀ ਦਰਸ਼ਕਾਂ ਨੂੰ ਬੇਹੱਦ ਇਮਪ੍ਰੈਸ ਕਰ ਦਿੱਤਾ ਤੇ ਸਬਾ ਮਾਨ ਨੂੰ ਇੱਕ ਬਹੁਤ ਵੱਡਾ ਸਟਾਰ ਬਣਾ ਦਿੱਤਾ ਤੁਹਾਡਾ ਇਸ ਦੇ ਲਈ ਕੀ ਕਹਿਣਾ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਲਾਲਿਆ ਗੀਤ ਕਿਹੋ ਜਿਹਾ ਲੱਗਿਆ ਵੀ ਦੱਸਣਾ ਬਿਲਕੁਲ ਨਾ ਭੁੱਲਣਾ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ ਹੋਰ ਅਪਡੇਟਸ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ ਧੰਨਵਾਦ